भाजी मेरा नाम जगदीप सिंह है, पिंड धवान तो जिला गुरदासपुर का रहने वाला मैं। फादर साहब का नाम है सरदार लखबीर सिंह। मसला यह होया भी जी, आप 28 जून में गए हाँ मनीकरण साहब, तो वो पिछों इतने साडे पिंड के 3-4 चोर आ, तो उन्होंने की किया उस पिछों साढ़े घरों बर्तन बुर्तन चुके आ, जिद एक हैगा ही पित्तल का डोना ही वह चुकया, तो वह जो सू आ लगा पता भी इन्होंने बंद ने चुकया, आप इन्होंने को पुछगिछ की आ। घर कोई नहीं, डैडी कल ही घर, तो डैडी उधर चक्की दे होंगे ने जां पठियां पुठियां वाल, इतों घर आ चोरी चुके लै गया, तो इन्होंने वेचा भी ध्यान पर भी सूँ पता वा जिहड़े बंदे को वेचा वा। तो इस तो बाद की हो जो आप इन्हों पुछया वा ये अपना ना वेख के चोरी का भी साडा चोरी का ना लगा वा, तो उस तो बाद इन्होंने कल साढ़े ते हमला कर दिता। पहला एक बार रात हमला किया वा 30 तरीक की रात को 8:30 बजे, सॉरी 8:30 नहीं 10:30 के करीब उदों हमला किया वा। उदों तो चलो चल गए, फिर सवेरे 9:30 के करीब मुंडे बुलाए इन्हें बाहरों, मुंडे बुलाए बाहरों, तो बाहरों फिर 9:30 के करीब, फिर 11:30 बजे सीधिया गोलियां चलाइया साडे ते, गोली चलाई आ बचित्र सिंह ने, बचित्र सिंह के नाल उहदे आ ही सोना। 1 तरीक नूं भाजी हमला होया जी दोपहर 11:30 बजे, तो जिहदे बकायदा साडे कोल वीडियोज़, जिहदियां बकायदा साडे कोल वीडियोज़ हैगियां, वीडियोज़ कॉल रिकॉर्डिंग्स हैगियां ने जिहदे विच सब कुछ इन्हां ने बकिया वा। उल्टा सानूं धमकियां दिंदे भी तुहानूं पिंड 'च नहीं रहिण देणा, तुहानूं आपां एक वारी वेखणा वा फिर, ते एक वारी आंदे तुहानूं वड्ढणा वा कि गल कादी आ। ते ਸਾਡੀ ਪੁਲਿਸ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ, ਸ਼ਿਕਾਇਤ ਕੀਤੀ ਆ ਥਾਣਾ ਕਿਲਾ ਲਾਲ ਸਿੰਘ, ਅਤੇ ਵੀ ਸਾਨੂੰ ਇਨਸਾਫ ਦਿੱਤਾ ਜਾਏ, ਅਤੇ ਹੁਣ ਜਿਹੜੀ ਵੀ ਸਾਡੇ 'ਤੇ ਕੋਈ ਜਾਨੀ ਨੁਕਸਾਨ ਕਰਦੇ ਆ ਅਤੇ ਇਹ ਜ਼ਿੰਮੇਵਾਰ ਹੋਣਗੇ ਬੰਦੇ। ਫਾਦਰ ਸਾਹਿਬ ਨੂੰ ਸੱਟਾਂ ਲੱਗੀਆਂ, ਫਾਦਰ ਸਾਹਿਬ ਸਿਵਲ ਹੋਸਪਿਟਲ ਹੈਗੇ ਨੇ 16 ਨੰਬਰ ਬੈੱਡ 'ਤੇ, ਹਾਂਜੀ ਫਾਦਰ ਸਾਹਿਬ ਦੇ ਸੱਜੀ ਬਾਂਹ 'ਤੇ ਲੱਗੀ ਆ ਸੱਟ। ਕੀਤੀ ਆ ਆਪਣਾ ਨਵਜੋਤ ਸਿੰਘ ਜੋਤੀ ਅਤੇ ਜਸਪਿੰਦਰ ਸਿੰਘ ਭਿੰਦੇ ਨੇ, ਇਹਨਾਂ ਚੋਰੀ ਕੀਤੀ, ਇਹਨਾਂ ਡੋਣਾ ਚੁੱਕ ਕੇ ਅਤੇ ਧਿਆਨਪੁਰ ਵੇਚਿਆ ਵਾ। ਦੁਕਾਨਦਾਰ ਦਾ ਵੀ ਸਾਨੂੰ ਪਤਾ, ਸੰਗਤੂਆ ਰੋਡ 'ਤੇ ਉਹਨੇ ਵੇਚਿਆ ਵਾ, ਉਹ ਬੰਦਾ ਆਉਂਦਾ ਵੀ ਮੈਂ ਦੱਸੂਗਾ ਜਿਹੜੇ ਜਿਹੜੇ ਉਹਨੇ ਪਛਾਣਿਆ ਵੀ ਇਹਨਾਂ ਨੂੰ, ਸਾਡੇ ਕੋਲ ਉਹਦੀ ਵੀਡੀਓਜ਼ ਵੀ ਹੈਗੀ ਆ, ਰਾਤੀ ਜਦੋਂ ਆਏ ਆ ਉਦੋਂ ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ, ਸਾਡੇ ਕੋਲ ਪ੍ਰੂਫ ਸਾਰੇ ਹੈਗੇ ਆ, ਉਹ ਵੀ ਆਪਾਂ ਦੇਵਾਂਗੇ ਪ੍ਰੂਫ ਇਹਦੇ ਨਾਲ। ਭਾਅ ਜੀ ਸਾਡੀ ਸਰਕਾਰ ਅੱਗੇ ਇਹ ਦਰਖਾਸਤ ਆ ਵੀ ਇਹਨਾਂ ਦੇ ਬਦਦਿਮਾਗ ਲੋਕਾਂ ਦੇ ਲਾਇਸੈਂਸ ਜਿਹੜੇ ਆ ਉਹ ਰੱਦ ਹੋਣੇ ਚਾਹੀਦੇ ਆ, ਇਹਨਾਂ ਨੂੰ ਇਹ ਨਹੀਂ ਪਤਾ ਅਸਲਾ ਕਿੱਥੇ ਯੂਜ਼ ਕਰਨਾ ਕਿੱਥੇ ਨਹੀਂ ਯੂਜ਼ ਕਰਨਾ, ਮਾੜੇ ਬੰਦੇ ਦੇ ਆਣ ਕੇ ਗੋਲੀ ਚਲਾਉਣ ਡੇ ਆ, ਇਹਨਾਂ ਨੂੰ ਇਹ ਨਹੀਂ ਪਤਾ, ਇਹਨਾਂ ਨੂੰ ਲਾਇਸੈਂਸ ਦੇਣੇ ਨਹੀਂ ਚਾਹੀਦੇ, ਇਹਨਾਂ ਦੇ ਰੱਦ ਹੋਣੇ ਚਾਹੀਦੇ ਲਾਇਸੈਂਸ, ਅਤੇ ਨਾਲੇ ਇਹ ਧਮਕੀਆਂ ਦਿੰਦੇ ਆ ਵੀ ਫਿਰ ਹਮਲਾ ਕਰਨਾ ਵਾ, ਆਪਾਂ ਹੋਰ ਅਸਲਾ ਲੈ ਕੇ ਆਉਣਾ ਅਤੇ ਆਪਾਂ ਪ੍ਰੋਟੈਕਸ਼ਨ ਵਾਸਤੇ ਕੀ ਕਰਾਂਗੇ ਅੱਗੋਂ, ਗੋਲੀ ਦੇ ਅੱਗੇ ਸੋਟਾ ਥੋੜ੍ਹੀ ਚੱਲਣਾ, ਦੱਸੋ। ਇਹ ਸਾਡੀ ਪੁਲਿਸ ਅੱਗੇ ਵੀ ਇਹ ਅਰਜ਼ੀ ਆ ਵੀ ਸਾਨੂੰ ਜਿਹੜਾ ਵਾ ਉਹ ਪ੍ਰੋਟੈਕਸ਼ਨ ਦਿੱਤੀ ਜਾਏ ਇਹਦੀ। ਇਹ ਆਪਸ 'ਤੇ ਝਗੜੇ ਦੀ ਮਾਮਲਾ ਸੀਗਾ ਜੀ, ਥਾਣਾ ਕਿਲਾ ਲਾਲ ਸਿੰਘ ਦੀ ਹੈਗੇ ਆ, ਉਹ ਆਲਰੇਡੀ ਇੱਕ ਵਾਰੀ ਉਹਨਾਂ ਦੀ ਪ੍ਰਿਲੀਮਨਰੀ ਇਨਵੈਸਟੀਗੇਸ਼ਨ ਹੋ ਜਾਣ ਤਾਂ ਫਿਰ ਉਸ ਤੋਂ ਬਾਅਦ ਸਾਰੇ ਡਿਟੇਲਸ ਮੈਂ ਆਪਕੋ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਉਸ ਦੇ ਬਾਰੇ ਦੱਸ ਦੇਣਾ ਜੀ। ਹਾਂਜੀ FIR ਲੌਡਜ ਹੋਈ ਹੈ ਥਾਣਾ ਕਿਲਾ ਲਾਲ ਸਿੰਘ ਦੇ ਵਿੱਚ ਜੀ, ਤਾਂ ਉਹਦੇ 'ਤੇ ਆਪਾਂ ਨੂੰ ਚੈੱਕ ਕਰਨਾ ਪੈਣਾ ਜੀ ਪ੍ਰਿਲੀਮਨਰੀ, ਅਭੀ ਤਾਂ ਨਾਮਲੂਮ ਵਿਅਕਤੀ ਦੀ ਹੀ ਹੈਗੀ ਆ, तो उसके बाद जो कंप्लेनेंट है वो अपनी एविडेंस वगैरह कराएंगे, तो वीडियो भी आया तुसी देखिया होना, तो वो सारे अपने एविडेंस देने तो बाद वो बंदे अपना नामजद करके आगे की कार्रवाई करा लेंगे।